अमृतसर में माल रोड पर स्थित एक निजी अस्पताल में बीती रात को संदिग्ध परिस्थितियों में एक युवती की मौत हो गई थी। ये मौत पुलिस और परिवार के लिए पहली बनी हुई है। पुलिस के मुताबिक दो लड़कियां रात को होटल में रुकी थी, जिसमें से एक लड़की की मौत हो चुकी है। वहीं मृतक लड़की के परिवार के सदस्यों की ओर से की गई बातचीत के दौरान उन्होंने बताया कि सिमी शिमला की रहने वाली है और उसके माता पिता अपाहिज हैं। उसका एक भाई है जिसकी पहले मौत हो चुकी। सिमी ही पूरे खर्च का खर्चा चलाती थी, लेकिन अचानक जब पुलिस की ओर से उन्हें फ़ोन करके बताया गया कि सिमी की मौत हो चुकी है, तो वह पूरी तरह से हिल गए। आज वह यहाँ पर पहुँचे हैं। सिमी से हमारी बात हुई थी, अचानक उसका मौत का जो संदेश मिला, पूरा परिवार सदमे में है। परिवार के सदस्यों का कहना है कि हमें पूरा यकीन है कि सिमी के साथ कुछ गलत जरूर हुआ है। वहीं पुलिस का कहना है कि मामले की जांच की जा रही है। माल रोड पर स्थित एक निजी होटल में दो लड़कियां रात को रुकी थी। एक लड़की की तबीयत ज़्यादा खराब हो गई, जिस कारण उसे पास के एक अस्पताल में भर्ती करवाया गया, जहाँ पर उसकी मौत हो गई। ਇਹ ਹੈਗੇ ਘਰ ਸ਼ਿਮਲਾ ਦੇ ਰਹਿਣ ਵਾਲੇ ਆ ਜੀ। ਇਸ ਟਾਈਮ ਕਾਲਕਾ ਆਏ ਆ, ਕਾਲਕਾ ਤੋਂ ਜੋਬ ਕਰਦੇ ਆ। ਜੋਬ ਕਰਦੇ ਕਰਦੇ ਚਾਰ ਪੰਜ ਦਿਨ ਹੋਏ ਇੱਧਰ ਆਏ ਹੋਏ ਅੰਮ੍ਰਿਤਸਰ ਆਏ ਘੁੰਮਣ। ਸਿਮਰਨ ਮੇਰੀ ਭਤੀਜ ਭਾਣਜੀ ਹੈ ਮੇਰੀ ਸਿਮਰਨ। ਚਾਰ ਪੰਜ ਦਿਨ ਹੋ ਗਿਆ ਇਹਨੂੰ। ਇਹ ਨਹੀਂ ਪਤਾ ਵੀ ਉਹਨੇ ਘਰੇ ਇਹ ਦੱਸਿਆ ਵੀ ਮੈਂ ਕਾਲਕਾ ਵਿੱਚ ਹੀ ਹਾਂ। ਇਹ ਨਹੀਂ ਪਤਾ ਵੀ ਕਾਲਕਾ ਆਪਦੀ ਮੰਮੀ ਨਾਲ ਗੱਲ ਫੋਨ 'ਤੇ ਕਰਦੀ ਕਾਲਕਾ ਵਿੱਚ ਹੀ ਹਾਂ ਮੈਂ। ਜਿਸ ਕੁੜੀ ਨਾਲ ਆਈ ਹੈ ਨਹੀਂ ਪਤਾ ਦਿੱਲੀ ਆਈ ਹੈ ਜਾਂ ਕਿਤੇ ਹੋਰ ਗਈ ਹੋਈ। ਕਿੰਨੀ ਕੁੜੀਆਂ? ਇਹ ਦੋ ਕੁੜੀਆਂ ਵਾ, ਇੱਕ ਦਿੱਲੀ ਕੋਲ ਜਿਹੜੀ ਕੁੜੀ ਆਈ ਆ ਉਹਦੇ ਬਿਆਨ ਇਹ ਆ ਵੀ ਮੈਂ ਕੱਲ੍ਹ ਉਹਨਾਂ ਡਰਿੰਕ ਕੀਤੀ ਆ, ਡਰਿੰਕ ਹੋਏ 'ਚ ਇਹ ਕੰਮ ਹੋਇਆ ਵਾ ਵੀ ਇੱਕ ਦਿਨ 'ਚ ਹਾਲਤ ਉਹਦੀ ਖਰਾਬ ਹੋ ਗਈ ਆ ਵੀ ਅੱਜ ਉਹਦਾ ਸਵੇਰੇ ਉਹਦੀ ਡੈਥ ਹੋ ਗਈ ਆ, ਸਵੇਰੇ 3 ਵਜੇ ਡੈਥ ਹੋ ਗਈ ਉਹਦੀ। ਇਹ ਆ ਬਿਆਨ ਆ ਇਹਦੇ ਕੁੜੀ ਦੇ। ਸਾਨੂੰ ਇਹ ਸਵੇਰੇ 4 ਵਜੇ ਫੋਨ ਆਇਆ ਸਾਨੂੰ ਜੀ ਵੀ ਇਹ ਕੁੜੀ ਦੀ ਡੈਥ, ਤੁਹਾਡੀ ਸਿਮਰਨ ਦੀ ਡੈਥ ਹੋ ਗਈ ਆ ਜੀ। ਕਿਸ ਵਜ੍ਹਾ ਕਰਕੇ ਇਹਦੇ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਤੁਹਾਨੂੰ? ਸਾਨੂੰ ਕੋਈ ਇਹ ਜਾਣਕਾਰੀ ਨਹੀਂ ਮਿਲੀ ਜੀ। ਉਮਰ ਕਿੰਨੀ ਕੁੜੀ ਦੀ? ਕੁੜੀ ਦੀ ਉਮਰ 22 ਜਾਂ 23 ਸਾਲ ਦੇ ਵਿੱਚ। ਪਹਿਲੀ ਵਾਰੀ ਆਈ ਹੈ? ਪਹਿਲੀ ਵਾਰੀ ਅੰਮ੍ਰਿਤਸਰ ਆਈ ਹੈ ਜੀ। ਹਾਂਜੀ ਹਾਂਜੀ, ਪਹਿਲੀ ਵਾਰੀ ਆਈ ਹੈ। ਤਾਂ ਪਰਿਵਾਰਿਕ ਦੇ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਦੇ ਜੀ? ਪਰਿਵਾਰ ਦੇ ਡੈਡੀ ਮੰਮੀ ਮੰਜੇ 'ਤੇ ਹੀ ਆ, ਨਾ ਕੰਮ ਕਰਨ ਵਾਲੇ ਕੁਛ ਵੀ ਨਹੀਂ। ਹੈਂਡੀਕੈਪ ਆ ਜੀ ਉਹ। ਕਿੰਨੇ ਭੈਣ ਭਰਾ ਹੈ? ਇਹ ਦੋ ਭਰਾ, ਭਰਾ ਦੀ ਡੈਥ ਹੋ ਗਈ ਪਹਿਲਾਂ ਵੀ, ਭਰਾ ਨਾਲ ਵੀ ਇਹ ਕੁਛ ਹੀ ਹੋਇਆ ਜੀ। ਮੰਗ ਕੀ ਕਰਦੇ? ਮੰਗੇ ਨਿਆਏ ਮੰਗਣਾ ਚਾਹੁੰਦੇ ਆ ਜੀ, ਸਾਫ਼ ਸਾਨੂੰ ਇਨਸਾਫ਼ ਚਾਹੀਦਾ। ਪੁਲਿਸ ਵੱਲੋਂ ਕੋਈ ਜਾਣਕਾਰੀ ਤੁਹਾਨੂੰ ਸਾਡੀ ਕੀਤੀ ਹੈ? ਕਹੇ ਕੋਈ ਪੁਲਿਸ ਵਾਲਿਆਂ ਨਾਲ ਸਾਡੀ ਗੱਲਬਾਤ ਨਹੀਂ ਹੋਈ ਜੀ। ਇਹ ਐਸਆਈ ਹਰਭਜਨ ਸਿੰਘ, ਥਾਣਾ ਸਿਵਲ ਲਾਈਨ ਚੌਂਕੀ ਲਾਂਸ ਰੋਡ ਤੋਂ। ਹਾਂਜੀ ਸਰ, ਕੀ ਪੂਰਾ ਮਾਮਲਾ ਕੀ ਹੈ ਜੀ? ਪੂਰਾ ਮਾਮਲਾ ਹੈ, ਦੋ ਲੜਕੀਆਂ ਰਾਤ ਮਾਰ ਰੋਡ ਔਰਬਨ ਹੋਟਲ 'ਚ ਠਹਿਰੀਆਂ ਸੀ, ਜਿਨ੍ਹਾਂ ਵਿੱਚੋਂ ਇੱਕ ਦੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਮੌਤ ਹੋ ਗਈ ਹੈ। ਜਿਹਦਾ ਪੋਸਟਮਾਰਟਮ ਕਰਵਾਉਣ ਤੋਂ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ। ਜਿਹੜੀ ਇਹ ਲੜਕੀ ਦੀ ਡੈਥ ਹੋਈ ਉਹ ਘਰੋਂ ਇਹ ਕਹਿ ਕੇ ਆਈ ਸੀ ਕਿ ਮੈਂ ਆਪਣਾ ਬਰਥਡੇ ਸੈਲੀਬ੍ਰੇਟ ਕਰਨ ਵਾਸਤੇ ਆਈ ਹਾਂ। ਇੱਕ ਲੜਕੀ ਸ਼ਿਮਲੇ ਦੀ ਰਹਿਣ ਵਾਲੀ ਹੈ ਅਤੇ ਦੂਸਰੀ ਉਹਦੀ ਨਾਲ ਫਰੈਂਡ ਆ, ਉਹ ਦਿੱਲੀ ਦੀ ਰਹਿਣ ਵਾਲੀ। ਜਿਹਦੀ ਮੌਤ ਹੋਈ ਉਹਦਾ ਨਾਮ ਕੀ ਹੈ? ਸਿਮਰਨ ਜੀ, ਸਿਮਰਨ ਸਿਮੀ। ਹੁਣ ਤੱਕ ਦੀ ਕਾਰਵਾਈ ਹੈ ਜੀ, ਪੋਸਟਮਾਰਟਮ ਰਿਪੋਰਟ ਪੋਸਟਮਾਰਟਮ ਕਰਾਉਣ ਲੱਗੇ ਹਾਂ। ਪੋਸਟਮਾਰਟਮ ਕਰਾਉਣ ਤੋਂ ਬਾਅਦ ਜੋ ਵੀ ਨਤੀਜੇ ਸਾਹਮਣੇ ਆਉਣਗੇ ਉਹ ਨਤੀਜਿਆਂ ਨੂੰ ਬਾਅਦ ਮੁੱਖ ਰੱਖ ਕੇ ਫਿਰ ਉਹ ਕਾਰਵਾਈ ਕੀਤੀ। ਦੂਸਰੀ ਕੁੜੀ ਦਾ ਨਾਮ ਜੀ? ਦੂਸਰੀ ਕੁੜੀ ਦਾ ਜਿਹੜੇ ਨਾਲ ਉਹਦੀ ਫਰੈਂਡ ਆ ਉਹਦਾ ਜੋਲੀ ਨਾਮ ਹੈ।